ਤੇ ਹਲਵਾਈਆਂ ਦੀ ਸਟਾਈਲ ਬਣਾਇਆ ਪਰ ਦੇਸੀ ਤਰੀਕੇ ਨਾਲ ਸਿੰਪਲ ਸਾਰਾ ਹੀ ਤੁਸੀਂ ਵੀਡੀਓ ਵੇਖੋਗੇ ਤੇ ਬੜਾ ਸਿੰਪਲ ਤੁਹਾਨੂੰ ਲੱਗਣਾ ਵੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਇਆ ਇਸ ਸਾਰਿਆਂ ਨੂੰ ਲੱਗਦਾ ਜਿਹੜਾ ਗਾਜਰ ਦਾ ਹਲਵਾ ਕਹਿ ਲਓ ਚਾਹੇ ਗਜਰੇਲਾ ਕਹਿ ਲਓ ਪਰ ਬਣਾਉਣ ਤੋਂ ਇਸ ਕਰਕੇ ਭੱਜੀ ਦਾ ਵੀ ਉਹਨੂੰ ਰਗੜੂ ਗਾਉਣ ਇੰਨਾ ਟਾਈਮ ਲੱਗੂਗਾ ਉਹਨੂੰ ਕੱਦੂਕਸ਼ ਕਰਨ ਤੇ ਫਿਰ ਉਹਨੂੰ ਭੁੰਨਣਾ ਇਹ ਜਿਹੜਾ ਸਿੰਪਲ ਤੇ ਸੌਖਾ ਤਰੀਕਾ ਤੁਸੀਂ ਜਦੋਂ ਮਰਜ਼ੀ ਬਣਾ ਲਓ ਭਾਵੇਂ ਮਹਿਮਾਨ ਆਉਣ ਵਾਲੇ ਤਾਂ ਤੁਸੀਂ ਉਦੋਂ ਵੀ ਤਾਜ਼ਾ ਤਾਜ਼ਾ ਬਣਾ ਜੋ ਹੈਗਾ ਘਰੇ ਬੰਦਾ ਉਦੋਂ ਹੀ ਵਧੀਆ ਚੀਜ਼ ਬਣਾ ਲੈਂਦਾ ਜੇ ਪੂਰੀ ਨੀਤ ਹੋਵੇ ਤੇ ਖਾਸ ਕਰਕੇ ਸਾਡੀਆਂ ਜਨਾਨੀਆਂ ਦੀ ਨੀਤ ਹੋਵੇ ਤੇ ਅਸੀਂ ਥੋੜ੍ਹੇ ਜਿਹੇ ਥੋੜ੍ਹੇ 'ਚ ਵੀ ਗੁਜ਼ਾਰਾ ਕਰ ਲੈਣਾ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਭ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਬਲੋਗਰ 'ਤੇ ਤੋ ਫਰੈਂਡ ਅੱਜ ਵਾਲੀ ਵੀਡੀਓ 'ਚ ਆਪਾਂ ਲੈ ਕੇ ਆਏ ਗਾਜਰਾਂ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਵਧੀਆ ਵਧੀਆ ਤਾਜ਼ਾ ਤਾਜ਼ਾ ਗਾਜਰਾਂ ਆਉਂਦੀਆਂ ਅਤੇ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਗਜਰੇਲਾ ਜਿਹਨੂੰ ਕਹਿ ਦਿੰਦੇ ਨੇ ਹਲਵਾ ਵੀ ਕਈ ਲੋਕ ਕਹਿ ਦਿੰਦੇ ਨੇ ਅਤੇ ਉਹ ਵੀ ਬਣਾਵਾਂਗੇ ਆਪਾਂ ਮਿੰਟਾਂ ਸਕਿੰਟਾਂ ਅਤੇ ਕੋਈ ਇਹਨੂੰ ਕੱਦੂਕਸ਼ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਜ਼ਿਆਦਾ ਝੰਝਟ ਨਹੀਂ ਬਸ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਇਹ ਗਾਜਰ ਦਾ ਆਪਾਂ ਗਜਰੇਲਾ ਅਤੇ ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਉਹ ਪਤਾ ਹੁੰਦਾ ਇਹ ਆਪਾਂ ਗਾਜਰਾਂ ਲਈ ਲੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਅਤੇ ਛਿੱਲ ਕੇ ਸਾਫ਼ ਕਰ ਲਈਆਂ ਅਤੇ ਬਾਕੀ ਗਜਰੇਲੇ 'ਚ ਪਾਉਣ ਵਾਸਤੇ ਆਪਾਂ ਲੈ ਜਾਈਏ ਡਰਾਈ ਫਰੂਟ ਬਦਾਮ ਲਏ ਥੋੜ੍ਹੇ ਜਿਹੇ ਇਹ ਕਾਜੂ ਨੇ ਇਹ ਸੌਗੀ ਇਹ ਇਲਾਚੀ ਦਾ ਜਿਹੜਾ ਆਪਾਂ ਦਾਣੇ ਕੱਢ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਕੁੱਟ ਲਿਆ ਦਰਦਰਾ ਵੈਸੇ ਤੁਸੀਂ ਸਾਬਤ ਦਾਣੇ ਵੀ ਪਾ ਸਕਦੇ ਹੋ ਅਤੇ ਇਹ ਆ ਲਈ ਜੀ ਆਪਾਂ ਫਰੈਸ਼ ਮਲਾਈ ਇੱਕ ਕੌਲੀ ਅਤੇ ਖੰਡ ਲਈ ਆਪਾਂ ਅਤੇ ਨਾਲ ਇਹ ਮਗਜ਼ ਲਏ ਥੋੜ੍ਹੇ ਜਿਹੇ ਇਹ ਦੇਸੀ ਘਿਓ ਅਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਪਾਉਣ ਵਾਸਤੇ ਦੁੱਧ ਲਿਆ ਆ ਅਤੇ ਇਹਨਾਂ ਨੂੰ ਇੱਦਾਂ ਆਪਾਂ ਸਿੰਪਲ ਹੀ ਕੱਟ ਲੈਂਦੇ ਜਿਵੇਂ ਆਪਾਂ ਸਬਜ਼ੀ 'ਚ ਪਾਉਂਦੇ ਹੁੰਦੇ ਹਾਂ ਜ਼ਿਆਦੀਆਂ ਮੋਟੀਆਂ ਨਹੀਂ ਕੱਟਣੀਆਂ ਜਿਵੇਂ ਸਬਜ਼ੀ ਵਾਸਤੇ ਚਾਹੀਦੀਆਂ ਉੱਦਾਂ ਦੀਆਂ ਆਪਾਂ ਗਾਜਰਾਂ ਕੱਟ ਲੈਣੀਆਂ ਅਤੇ ਫਿਰ ਅਗਲਾ ਪ੍ਰੋਸੈਸ ਆਪਾਂ ਤੁਹਾਨੂੰ ਦੱਸਦੇ ਪਹਿਲਾਂ ਸਾਰੀਆਂ ਗਾਜਰਾਂ ਇੱਦਾਂ ਆਪਾਂ ਕੱਟ ਲੈਂਦੇ ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਇੰਨੀਆਂ ਇੰਨੀਆਂ ਮੋਟੀਆਂ ਕੱਟਣੀਆਂ ਜ਼ਿਆਦੀਆਂ ਨਹੀਂ ਇਹ ਸਾਰੀਆਂ ਆਪਾਂ ਪਹਿਲਾਂ ਕੱਟ ਲਈਏ ਫਿਰ ਅਗਲਾ ਪ੍ਰੋਸੈਸ ਕਰਦੇ ਹਾਂ ਆਪਾਂ ਇਹ ਦੇਖੋ ਆਪਾਂ ਸਾਰੀਆਂ ਗਾਜਰਾਂ ਕੱਟ ਲਈਆਂ ਨੇ ਅਤੇ ਹੁਣ ਆਪਾਂ ਕੜਾਹੀ ਰੱਖ ਲਈ ਚੁੱਲ੍ਹੇ 'ਤੇ ਅੱਗ ਲਈ ਆਪਾਂ ਬਾਲਤੇ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਦੇਸੀ ਘਿਓ ਦੇ ਹੁਣ ਆਪਾਂ 2 ਚਮਚ ਘਿਓ ਦੇਸੀ ਦੇ ਪਾ ਲਏ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਪਾ ਦਾਂਗੇ ਹੁਣ ਇਹਨਾਂ ਨੂੰ ਆਪਾਂ ਭੁੰਨਣਾ ਹੈ ਜਿੰਨਾ ਚਿਰ ਇਹ ਨਰਮ ਨਹੀਂ ਹੁੰਦੀਆਂ ਜਦੋਂ ਇਹ 50% ਯਾਨੀ ਕਿ 50% ਜਦੋਂ ਇਹ ਪੱਕ ਗਈਆਂ ਫਿਰ ਆਪਾਂ ਇਹਨਾਂ ਦੇ ਵਿੱਚ ਦੁੱਧ ਪਾਉਣਾ ਇੱਦਾਂ ਪੱਕਦੀਆਂ 'ਚ ਦੁੱਧ ਨਹੀਂ ਜਿਵੇਂ ਵੀ ਸਟਾਰਟਿੰਗ 'ਚ ਦੁੱਧ ਨਹੀਂ ਪਾਉਣਾ ਨਹੀਂ ਤਾਂ ਫਿਰ ਗਾਜਰ ਦਾ ਰੰਗ ਜਿਹੜਾ ਚਿੱਟਾ ਚਿੱਟਾ ਜਿਹਾ ਹੋ ਜਾਣਾ ਇਹ ਗਾਜਰ ਆਪਾਂ ਭੁੰਨ ਲਈ ਅੱਧੀ ਕੁ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਇੱਦਾਂ ਟੁੱਟ ਵੀ ਜਾਂਦੀ ਇਹਦੇ ਵਿੱਚ ਹੁਣ ਆਪਾਂ ਦੁੱਧ ਪਾਵਾਂਗੇ ਅਤੇ ਗਾਜਰ ਦਾ ਰੰਗ ਦੇਖੋ ਤੁਸੀਂ ਐਂ ਲਾਲ ਆ ਇਹ ਦੇਖੋ ਗਾਜਰ ਦਾ ਰੰਗ ਜਿਹੜਾ ਉਹ ਨਹੀਂ ਖਰਾਬ ਹੋਇਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਪਾ ਦਾਂਗੇ ਅੱਧਾ ਕਿਲੋ ਆਪਾਂ ਦੁੱਧ ਲਿਆਏ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਬਾਕੀ ਦੀਆਂ ਜਿਹੜੀਆਂ ਅੱਧੀਆਂ ਰਹਿ ਗਈਆਂ ਗਾਜਰਾਂ ਭੁੱਜਣ ਵਾਲੀਆਂ ਚਾਹੇ ਨਰਮ ਹੋਣ ਵਾਲੀਆਂ ਆਪਾਂ ਦੁੱਧ 'ਚ ਹੀ ਰਿੰਨਣੀਆਂ ਨੇ ਇੱਦਾਂ ਬਹੁਤ ਸਿੰਪਲ ਅਤੇ ਸੌਖਾ ਤਰੀਕਾ ਵਾ ਬਹੁਤ ਜਲਦੀ ਬਣ ਜਾਣ ਵਾਲਾ ਵੀ ਤੁਸੀਂ ਸਬਜ਼ੀ ਨੂੰ ਜਿਵੇਂ ਤੜਕਾ ਲਾਉਂਦੇ ਹੋ ਉੱਦਾਂ ਇਹਨੂੰ ਤੜਕਾ ਲਾਉਣਾ ਇਕੱਲਾ ਘਿਓ ਪਾ ਕੇ ਅਤੇ ਭੁੰਨਦੇ ਵਕਤ ਤੁਸੀਂ ਭਾਵੇਂ ਥੋੜ੍ਹਾ ਜਿਹਾ ਇਹਨੂੰ ਢੱਕ ਕੇ ਵੀ ਰੱਖ ਸਕਦੇ ਹੋ ਜਿਵੇਂ ਆਪਾਂ ਘਿਓ ਦੇ ਵਿੱਚ ਥੋੜ੍ਹੀਆਂ ਜਿਹੀਆਂ ਭੁੰਨਣੀਆਂ ਤਾਂ ਮੁੜ ਕੇ ਢੱਕ ਕੇ ਰੱਖ ਦਿਉ ਤਾਂ ਕਿ ਉਹ ਭਾਫ ਦੇ ਨਾਲ ਅੰਦਰ ਹੀ ਅੰਦਰ ਜਲਦੀ ਨਰਮ ਹੋ ਜਾਂਦੀਆਂ ਨੇ ਜਿਹੜਾ ਕੱਦੂਕਸ਼ ਕਰਨ ਦੇ ਨਾਲ ਟਾਈਮ ਲੱਗਦਾ ਉਹ ਬਹੁਤ ਬਚ ਜਾਂਦਾ ਇੱਕ ਤਾਂ ਵੀ ਜ਼ਿਆਦਾਤਰ ਟੇਸਟ ਹੀ ਸਾਰਿਆਂ ਨੂੰ ਲੱਗਦਾ ਜਿਹੜਾ ਗਾਜਰ ਦਾ ਹਲਵਾ ਕਹਿ ਲਓ ਚਾਹੇ ਗਜਰੇਲਾ ਕਹਿ ਲਓ ਪਰ ਬਣਾਉਣ ਤੋਂ ਇਸ ਕਰਕੇ ਭੱਜੀ ਦਾ ਵੀ ਉਹਨੂੰ ਰਗੜੂ ਕੌਣ ਇੰਨਾ ਟਾਈਮ ਲੱਗੂਗਾ ਉਹਨੂੰ ਕੱਦੂਕਸ਼ ਕਰਨ 'ਤੇ ਫਿਰ ਉਹਨੂੰ ਭੁੰਨਣਾ ਇਹ ਜਿਹੜਾ ਸਿੰਪਲ ਅਤੇ ਸੌਖਾ ਤਰੀਕਾ ਤੁਸੀਂ ਜਦੋਂ ਮਰਜ਼ੀ ਬਣਾ ਲਓ ਭਾਵੇਂ ਮਹਿਮਾਨ ਆਉਣ ਵਾਲੇ ਤਾਂ ਤੁਸੀਂ ਉਦੋਂ ਵੀ ਤਾਜ਼ਾ ਤਾਜ਼ਾ ਬਣਾ ਲਓ ਅਤੇ ਗਾਜਰ ਖਾਣੀ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਕਿਸੇ ਵੀ ਰੂਪ 'ਚ ਤੁਸੀਂ ਗਾਜਰ ਖਾਓ ਇੱਕ ਤਾਂ ਇਹਦੇ ਨਾਲ ਤੁਹਾਨੂੰ ਪਤਾ ਨਿਗਾਹ ਬਹੁਤ ਤੇਜ਼ ਹੁੰਦੀ ਹੈ ਦੂਜੀ ਇਹ ਕੈਂਸਰ ਵਾਲੇ ਪੇਸ਼ੈਂਟ ਖਾਸ ਕਰਕੇ ਕਿਸੇ ਵੀ ਰੂਪ ਦੇ ਵਿੱਚ ਗਾਜਰ ਦਾ ਸੇਵਨ ਕਰੋ ਚਾਹੇ ਤੁਸੀਂ ਗਾਜਰ ਦਾ ਜੂਸ ਬਣਾ ਲਓ ਚਾਹੇ ਸਬਜ਼ੀ ਵੱਧ ਤੋਂ ਵੱਧ ਖਾਇਆ ਕਰੋ ਸੈਲਡ 'ਚ ਵੀ ਇਹ ਖਾਧੀ ਜਾਵੇ ਤਾਂ ਬਹੁਤ ਵਧੀਆ ਵਾ ਅਤੇ ਆਪਾਂ ਇੱਦਾਂ ਬੱਚਿਆਂ ਨੂੰ ਵੀ ਤੁਸੀਂ ਬਣਾ ਕੇ ਦਿਉ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਵੀ ਕੋਈ ਵੀ ਢੰਗ ਵਰਤੋਂ ਬੱਚਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਖਵਾਓ ਘਰੇ ਜਿਵੇਂ ਫਰੈਸ਼ ਜਿਹੜੀ ਚੀਜ਼ ਬਣਾਉਂਦੇ ਹੋ ਗਜਰੇਲਾ ਹੋ ਗਿਆ ਚਾਹੇ ਜਿਵੇਂ ਹਰੀਆਂ ਸਬਜ਼ੀਆਂ ਵਾ ਕਿਸੇ ਵੀ ਤਰੀਕੇ ਆਪਾਂ ਮੂਲੀ ਦੇ ਜਿਵੇਂ ਕੋਫਤੇ ਬਣਾ ਕੇ ਵੀਡੀਓ ਪਾਈ ਆ ਵੀ ਜੇ ਮੂਲੀ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਉਹਨਾਂ ਨੂੰ ਕੋਫਤੇ ਬਣਾ ਕੇ ਕਿਸੇ ਵੀ ਰੂਪ 'ਚ ਉਹਨਾਂ ਨੂੰ ਖਵਾ ਸਕਦੇ ਹੋ ਵੀ ਇੱਕ ਦੋ ਮੈਨੂੰ ਕਮੈਂਟ ਆਏ ਆ ਦੀਦੀ ਨੇ ਇੱਕ ਨੇ ਕਮੈਂਟ ਕੀਤਾ ਮੈਨੂੰ ਨਾਮ ਨਹੀਂ ਯਾਦ ਵੀ ਤੁਸੀਂ ਮੇਰੇ ਸਵਾਲ ਦਾ ਕਹਿੰਦੇ ਜਵਾਬ ਨਹੀਂ ਤੁਸੀਂ ਦੇ ਰਹੇ ਵੀ ਆਪਾਂ ਨੂੰ ਕੀ ਖਾਣਾ ਚਾਹੀਦਾ ਆਪਾਂ ਇਹ ਵੀਡੀਓ ਤੁਹਾਨੂੰ ਅੱਗੇ ਵੀ ਦੱਸਿਆ ਵੀ ਬਣਾਵਾਂਗੇ ਬਸ ਇਹਨਾਂ ਥੋੜ੍ਹੀ ਟਾਈਮ ਦੀ ਕਮੀ ਹੋਣ ਕਰਕੇ ਵੀ ਮੈਂ ਸਾਰੀ ਦਿਹਾੜੀ ਦੇ ਵਿੱਚ ਕਿਹੜੀ ਡਾਇਟ ਲੈਂਦੀ ਹਾਂ ਕੀ ਕੈਂਸਰ ਪੇਸ਼ੈਂਟ ਵਾਲਿਆਂ ਨੂੰ ਖਾਣਾ ਚਾਹੀਦਾ ਅਤੇ ਕਿਸ ਤਰ੍ਹਾਂ ਆਪਾਂ ਵਾਕ 'ਤੇ ਜਾਈਦਾ ਵਾ ਚਾਹੇ ਸਵੇਰੇ ਕਦੋਂ ਉੱਠ ਕੇ ਕੀ ਕਰਨਾ ਸਭ ਤੋਂ ਪਹਿਲਾਂ ਕੀ ਖਾਣਾ ਪੀਣਾ ਵਾ ਜਦੋਂ ਸਵੇਰ ਮੇਰੀ ਹੁੰਦੀ ਉਹ ਆਪਾਂ ਸਾਰੀ ਵੀਡੀਓ ਬਣਾਵਾਂਗੇ ਵੈਸੇ ਉਹ ਮੈਂ ਦੀਦੀ ਨੂੰ ਦੱਸਦੀ ਹਾਂ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਐਲਕਾਲਾਈਨ ਜਿਹੜੀਆਂ ਜ਼ਿਆਦਾ ਖਾਇਆ ਕਰੋ ਅਤੇ ਜਿੰਨੀਆਂ ਵੀ ਸਬਜ਼ੀਆਂ ਜਿਹੜੀਆਂ ਜ਼ਮੀਨ ਦੇ ਅੰਦਰ ਹੁੰਦੀਆਂ ਨੇ ਜਿਵੇਂ ਆਲੂ ਹੋ ਗਿਆ ਗਾਜਰ ਹੋ ਗਈ ਮੂਲੀ ਸ਼ਲਗਮ ਜਿਨ੍ਹਾਂ ਦੀ ਜੜ੍ਹ ਯਾਨੀ ਕਿ ਉਹ ਚੀਜ਼ ਆਪਾਂ
ਉਹ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਕਿਉਂਕਿ ਹਲਕਾ ਲਾਈਨ ਹੁੰਦੀ ਜ਼ਮੀਨ ਦੇ ਅੰਦਰ, ਉਹ ਹਲਕਾ ਲਾਈਨ ਹੋਈ ਹੁੰਦੀ ਚੀਜ਼ ਉਹ ਆਪਾਂ ਨੂੰ ਖਾਣੀ ਜਿਹੜੀ ਬਹੁਤ ਲਾ। ਇਹ ਦੇਖੋ ਦੁੱਧ ਸਾਰਾ ਗਾਜਰਾਂ 'ਚ ਸੁੱਕ ਚੁੱਕਿਆ, 10-12 ਮਿੰਟ ਲੱਗੇ ਆ ਅਤੇ ਨਾਲ ਗਾਜਰਾਂ ਵੀ ਥੋੜ੍ਹੀਆਂ ਆਪਾਂ ਇੱਦਾਂ ਇੱਦਾਂ ਕਰੀ ਗਏ ਨੇ ਇਹਦੇ ਨਾਲ ਹੀ ਅਤੇ ਥੋੜ੍ਹੀਆਂ ਮੈਸ਼ ਹੋ ਗਈਆਂ ਹੁਣ, ਬਾਕੀ ਆਪਾਂ ਮੈਸ਼ਰ ਦੇ ਨਾਲ ਕਰ ਲੈਂਦੇ ਗਾਜਰਾਂ ਇੱਦਾਂ ਕਰਕੇ। ਗਾਜਰਾਂ ਤੁਸੀਂ ਵੇਖ ਸਕਦੇ ਹੋ ਲਾਲ ਲਾਲ ਨੇ ਵਿੱਚੋਂ ਸਾਰੀਆਂ ਗਾਜਰਾਂ, ਇਹਨਾਂ ਦਾ ਰੰਗ ਨਹੀਂ ਚੇਂਜ ਹੋਏ, ਜੇ ਆਪਾਂ ਪਹਿਲਾਂ ਦੁੱਧ ਪਾ ਦਈਏ ਤਾਂ ਇਹਦਾ ਰੰਗ ਜਿਹੜਾ ਉਹ ਚੇਂਜ ਹੋ ਜਾਂਦਾ। ਇਹ ਦੇਖੋ ਗਾਜਰ ਆਪਾਂ ਸਾਰੀਆਂ ਜਿਹੜੀਆਂ ਮੈਸ਼ ਕਰ ਲਈਆਂ, ਦੇਖੋ ਬਣ ਗਿਆ ਨਾ ਗਜਰੇਲੇ ਦਾ ਪੂਰਾ ਰੂਪ ਆ ਗਿਆ ਇਹਦੇ 'ਚ। ਹੁਣ ਆਪਾਂ ਇਹਦੇ ਵਿੱਚ ਇੱਥੇ ਖੰਡ ਪਾ ਦਾਂਗੇ ਅਤੇ ਨਾਲ ਹੀ ਜਿਹੜੇ ਆਪਾਂ ਡਰਾਈ ਫਰੂਟ ਲਏ ਉਹ ਵੀ ਸਾਰੇ ਇੱਥੇ ਹੀ ਪਾ ਦੇਣੇ ਇਹਦੇ ਵਿੱਚ। ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ। ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਭੁੰਨਣਾ ਕਿਉਂਕਿ ਆਪਾਂ ਇਹਦੇ ਵਿੱਚ ਖੰਡ ਵੀ ਪਾਈ ਨਾਲ ਹੀ, ਅਤੇ ਉਹ ਖੰਡ ਆਪਦਾ ਪਾਣੀ ਛੱਡੂਗੀ। ਪਰ ਤੁਸੀਂ ਗਜਰੇਲੇ ਦਾ ਰੰਗ ਵੇਖ ਸਕਦੇ ਹੋ ਲਾਲ ਲਾਲ ਆ। ਅਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਜਿਹੜਾ ਇਲਾਚੀ ਦਾ ਪਾਊਡਰ ਆਪਾਂ ਲਿਆ ਇਹ ਵੀ ਪਾ ਦੇਣਾ। ਤੁਸੀਂ ਇਕੱਲੀ ਇਲਾਚੀ ਦੇ ਦਾਣੇ ਕੱਢ ਕੇ ਵੀ ਪਾ ਸਕਦੇ ਹੋ। ਇਹਦਾ ਪਾਊਡਰ ਮੈਂ ਥੋੜ੍ਹਾ ਜਿਹਾ ਦਰਦਰਾ ਤਾਂ ਕਰ ਲਿਆ ਕਿਉਂਕਿ ਬੱਚੇ ਕਿਸੇ ਵੇਲੇ ਦਾਣੇ ਕੱਢ ਕੇ ਸੁੱਟ ਦਿੰਦੇ ਆ, ਮੰਮਾ ਅਸੀਂ ਨਹੀਂ ਖਾਣੇ। ਇਹ ਦੇਖੋ ਖੰਡ ਦਾ ਪਾਣੀ ਤਕਰੀਬਨ ਸੁੱਕ ਹੀ ਚੱਲਿਆ। ਹੁਣ ਆਪਾਂ ਇੱਥੇ ਵਿੱਚ ਪਾ ਦੇਣੀ ਜਿਹੜੀ ਆਪਾਂ ਫਰੈਸ਼ ਮਲਾਈ ਲਈ ਸੀਗੀ। ਜੇ ਤੁਸੀਂ ਖੋਆ ਪਾਉਣਾ ਚਾਹੋ ਤਾਂ ਖੋਆ ਵੀ ਪਾ ਸਕਦੇ ਹੋ। ਇਹ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਉਹ ਪਾਈਆਂ ਜਿਹੜੀਆਂ ਹਰ ਇੱਕ ਦੇ ਘਰੇ ਹੋਣ, ਜਿਵੇਂ ਦੁੱਧ ਵੀ ਤਕਰੀਬਨ ਹਰ ਇੱਕ ਦੇ ਘਰੇ ਹੁੰਦਾ, ਮਲਾਈ ਹੋਈ, ਖੋਆ ਨਾ ਮਿਲੇ ਤਾਂ ਤੁਸੀਂ ਇੱਦਾਂ ਵੀ ਬਣਾ ਸਕਦੇ ਹੋ ਮਲਾਈ ਇਕੱਲੀ ਪਾ ਕੇ, ਬਹੁਤ ਵਧੀਆ ਟੇਸਟ ਆਉਂਦਾ। ਅਤੇ ਜੇ ਤੁਸੀਂ ਵੀ ਥੋੜ੍ਹਾ ਫੈਟ ਤੋਂ ਡਰਦੇ ਹੋ ਤਾਂ ਫਿਰ ਤੁਸੀਂ ਇਕੱਲੀ ਗਾਜਰ ਦੇ ਵਿੱਚ ਜਿਵੇਂ ਆਪਾਂ ਬਣਾਇਆ ਨਾ ਇਹਨੂੰ ਭੁੰਨ ਕੇ ਚੰਗੀ ਤਰ੍ਹਾਂ ਮੈਸ਼ ਕਰਕੇ ਤਾਂ ਉਹ ਵੀ ਖਾ ਸਕਦੇ ਹੋ, ਬਹੁਤ ਫਾਇਦੇਮੰਦ ਆ। ਇੱਦਾਂ ਥੋੜ੍ਹਾ ਜਿਹਾ ਵੀ ਟੇਸਟੀ ਵੀ ਲੱਗਦਾ, ਥੋੜ੍ਹੀ ਫੈਟ ਵੀ ਵੱਧਦੀ ਹੈ ਜਦੋਂ ਇਹਦੇ ਵਿੱਚ ਆਪਾਂ ਖੋਆ 'ਚ ਮਲਾਈ ਪਾ ਦਿੰਦੇ। ਹੁਣ ਦੇਖੋ ਬਣਦਾ ਜਾਂਦੇ ਆਪਣਾ ਇਹ ਗਜਰੇਲਾ, ਥੋੜ੍ਹਾ ਜਿਹਾ ਪਾਣੀ ਇਹਦੇ ਵਿੱਚ ਲੱਗਦਾ ਕਿਉਂਕਿ ਆਪਾਂ ਮਲਾਈ ਦੇ ਵਿੱਚ ਥੋੜ੍ਹਾ ਜਿਹਾ ਦੁੱਧ ਵੀ ਮਿਕਸ ਸੀਗਾ। ਇਹ ਦੇਖੋ ਪਾਣੀ ਜਿਹੜਾ ਸਾਰਾ ਹੀ ਸੁੱਕ ਗਿਆ ਵਿੱਚੋਂ, ਜਿਹੜਾ ਮਲਾਈ ਵਾਲਾ ਦੁੱਧ ਸੀ ਉਹ ਵੀ ਸੁੱਕ ਚੁੱਕਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਇੱਥੇ ਦੇਸੀ ਘਿਓ ਦਾ ਹੋਰ, ਅਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਵਿੱਚ। ਅਤੇ ਦੇਖੋ ਗਜਰੇਲਾ ਬਿਲਕੁਲ ਲਾਲ ਹੈ, ਇਹੋ ਜਿਹੜੀ ਆਪਾਂ ਤਕਨੀਕ ਥੋੜ੍ਹੀ ਵਿੱਚ ਤੁਹਾਨੂੰ ਦੱਸੀ ਆ, 1-2 ਟਿਪਸ ਵੀ, ਜਿਹੜਾ ਦੁੱਧ ਆ ਉਹ ਅੱਧੀ ਗਾਜਰ ਜਦੋਂ ਪੱਕ ਜੇ ਕਿ ਉਹਦੇ ਵਿੱਚ ਉਦੋਂ ਪਾਉਣਾ, ਅਤੇ ਖੰਡ ਵੀ ਜਿਹੜੀ ਉਹ ਲਾਸਟ 'ਤੇ ਪਾਉਣੀ ਹੈ, ਖੰਡ ਵੀ ਜਿਹੜੀ ਗਾਜਰ ਦਾ ਰੰਗ ਚੇਂਜ ਕਰ ਦਿੰਦੀ ਹੈ। ਇਹ ਦੇਖੋ ਤੁਸੀਂ ਗਜਰੇਲੇ ਦਾ ਰੰਗ ਵੇਖ ਸਕਦੇ ਹੋ, ਬਿਲਕੁਲ ਲਾਲ ਆ, ਐਂ ਲਾਲ ਲਾਲ ਬਣਿਆ। ਅਤੇ ਜਿਨ੍ਹਾਂ ਨੇ ਖੋਆ ਪਾਉਣਾ ਉਹ ਖੋਆ ਪਾ ਸਕਦੇ ਨੇ, ਅਤੇ ਨਹੀਂ ਤਾਂ ਘਰੇ ਜਿਹੜਾ ਤੁਸੀਂ ਸਿੰਪਲ ਤਰੀਕੇ ਨਾਲ ਬਣਾਓ, ਟੇਸਟੀ ਬਹੁਤ ਹੀ ਜ਼ਿਆਦਾ ਲੱਗਦਾ ਵਾ ਇਹ ਗਾਜਰ ਦਾ ਗਜਰੇਲਾ। ਐਂ ਗਾਜਰਾਂ ਪੂਰੀਆਂ ਘੁਲ ਚੁੱਕੀਆਂ ਵਾ ਇਹਨਾਂ ਨੂੰ, ਜਿਵੇਂ ਆਪਾਂ ਕਹੀਏ ਵੀ ਕੱਦੂਕਸ਼ ਨਹੀਂ ਕੀਤਾ ਤਾਂ ਘੁਲਣੀਆਂ ਨਹੀਂ, ਇਹਨੂੰ ਆਪਾਂ ਜਦੋਂ ਐਂ ਹਿਲਾਈ ਜਾਣਾ ਨਾ ਨਾਲ ਨਾਲ ਇੱਦਾਂ ਤੋੜੀ ਜਾਣੀ ਆ, ਫਿਰ ਮੈਸ਼ਰ ਨਾ ਕਰ ਲੈਣਾ, ਅਤੇ ਦੇਖੋ ਪੂਰਾ ਮਿਕਸ ਹੋ ਚੁੱਕਿਆ ਗਜਰੇਲਾ ਆਪਣਾ। ਅਤੇ ਬਾਕੀ ਤੁਹਾਨੂੰ ਆਪਾਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਟ੍ਰਡੀਸ਼ਨਲ ਤਰੀਕੇ ਨਾਲ ਹਰ ਇੱਕ ਚੀਜ਼ ਬਣਾਈ ਦੀ ਆ, ਸਿੰਪਲ ਤਰੀਕੇ ਨਾਲ ਵੀ ਜਿਹੜੇ ਹਰ ਇੱਕ ਜਿਹੜਾ ਵੀ ਵੇਖ ਕੇ ਬਣਾ ਸਕੇ ਵੀ ਘਰੇ ਜਿਹੜਾ ਸਮਾਨ ਹੋਵੇ, ਜ਼ਿਆਦਾ ਮਹਿੰਗੀ ਇੱਕੋ ਚੀਜ਼ ਆਪਾਂ ਇਹਦੇ ਵਿੱਚ ਪਾਉਂਦੇ ਨਹੀਂ, ਬਿਨਾਂ ਡਰਾਈ ਫਰੂਟ ਤੋਂ ਵੀ ਬਣ ਜੇ ਤਾਂ ਵੀ ਬਹੁਤ ਟੇਸਟੀ ਲੱਗਦਾ ਵਾ, ਇਕੱਲੀ ਦੁੱਧ ਅਤੇ ਤੁਸੀਂ ਘਿਓ ਅਤੇ ਗਾਜਰ ਪਾ ਲਓ, ਬਹੁਤ ਟੇਸਟੀ ਲੱਗਦਾ ਤਾਂ ਵੀ। ਹੁਣ ਬਣ ਗਿਆ ਆਪਣਾ ਗਜਰੇਲਾ, ਅਤੇ ਇਹਨੂੰ ਆਪਾਂ ਕੱਢ ਲੈਂਦੇ ਹਾਂ ਜੀ। ਜੋ ਹੈਗਾ ਘਰੇ ਬੰਦਾ ਉਹਦੇ ਹੀ ਵਧੀਆ ਚੀਜ਼ ਬਣਾ ਲੈਂਦਾ ਜੇ ਪੂਰੀ ਨੀਤ ਹੋਵੇ, ਅਤੇ ਖਾਸ ਕਰਕੇ ਸਾਡੀਆਂ ਜਨਾਨੀਆਂ ਦੀ ਨੀਤ ਹੋਵੇ ਤਾਂ ਅਸੀਂ ਥੋੜ੍ਹੇ ਜਿਹੇ ਥੋੜ੍ਹੇ 'ਚ ਵੀ ਗੁਜ਼ਾਰਾ ਕਰ ਲੈਣਾ। ਅਤੇ ਲਓ ਜੀ ਆਪਣਾ ਜਿਹੜਾ ਗਜਰੇਲਾ ਤਿਆਰ ਆ। ਤਕਰੀਬਨ ਆਪਾਂ ਸਾਰੇ ਪ੍ਰੋਸੈਸ 'ਤੇ ਗਾਜਰ ਨੂੰ ਕੱਟਣ ਤੋਂ ਲੈ ਕੇ ਬਣਾਉਣ ਤੱਕ ਸਿਰਫ 20 ਮਿੰਟ ਦਾ ਜਿਹੜਾ ਟਾਈਮ ਲੱਗਾ ਹੈ। ਅਤੇ ਦੇਖੋ ਐਂ ਰੈੱਡ ਕਲਰ ਦਾ ਪੂਰਾ ਕਲਰ 'ਤੇ ਤੁਸੀਂ ਇਹ ਦੇਖ ਸਕਦੇ ਹੋ, ਨਹੀਂ ਤਾਂ ਚਿੱਟਾ ਚਿੱਟਾ ਜਿਹਾ ਹੋ ਜਾਂਦਾ। ਅਤੇ ਇਹ ਹਲਵਾਈਆਂ ਦੀ ਸਟਾਈਲ ਬਣਾਇਆ ਆਪਾਂ ਦੇਸੀ ਤਰੀਕੇ ਨਾਲ, ਸਿੰਪਲ ਸਾਰਾ ਹੀ ਤੁਸੀਂ ਵੀਡੀਓ ਵੇਖੋਗੇ ਤਾਂ ਬੜਾ ਸਿੰਪਲ ਤੁਹਾਨੂੰ ਲੱਗਣਾ ਵੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਇਆ। ਬਾਕੀ ਆਪਣੇ ਇਸ ਚੈਨਲ ਦਾ ਮਕਸਦ ਇਹੀ ਆ ਵੀ ਘੱਟ ਪੈਸਿਆਂ ਦੇ ਵਿੱਚ ਵਧੀਆ ਚੀਜ਼ ਜਿਹੜੀ ਆਪਾਂ ਬਣਾਉਣੀ ਸਿਖਾਈਏ ਅਗਲੇ ਨੂੰ, ਅਤੇ ਨਾਲੇ ਉਹ ਸਮਾਨ ਵਰਤੀਏ ਜਿਹੜਾ ਹਰ ਇੱਕ ਦੀ ਰਸੋਈ ਦੇ ਵਿੱਚ ਹੁੰਦਾ। ਕੋਈ ਹਾਈ ਫਾਈ ਚੀਜ਼ ਜਾਂ ਕੋਈ ਬਾਹਰੋਂ ਜਿਹੜੀ ਜ਼ਿਆਦਾ ਸਪੈਸ਼ਲ ਚੀਜ਼ ਮਿਲਦੀ ਹੋਵੇ ਉਹ ਆਪਾਂ ਕੋਈ ਵੀ ਨਹੀਂ ਪਾਉਂਦੇ, ਤੁਹਾਨੂੰ ਪਤਾ ਆਪਾਂ ਸਿੰਪਲ ਤਰੀਕੇ ਨਾਲ ਬਣਾਉਂਦੇ ਹਾਂ। ਦੇਖੋ ਸਿੰਪਲ ਤਰੀਕੇ ਨਾਲ ਬਣਾਇਆ, ਇੱਦਾਂ ਮਹਿਮਾਨ ਅੱਗੇ ਤੁਸੀਂ ਰੱਖੋਗੇ ਤਾਂ ਐਂ ਖੁਸ਼ ਹੋ ਜਾਣਗੇ ਅਗਲੇ। ਹੁਣ ਜਦੋਂ ਵੀ ਕੋਈ ਤੁਹਾਡੇ ਘਰ ਮਹਿਮਾਨ ਆਇਆ, ਸਰਦੀਆਂ ਸਰਦੀਆਂ ਦੇ ਖਾਸ ਕਰਕੇ ਤੁਸੀਂ ਗਾਜਰਾਂ ਦਾ ਹਲਵਾ ਹੀ ਬਣਾ ਕੇ ਜਿਹੜਾ ਸਵੀਟ ਦੇ ਵਿੱਚ ਰੱਖਿਓ ਜੇ, ਬਹੁਤ ਜ਼ਿਆਦਾ ਉਹ ਵੀ ਤੁਹਾਡੀ ਵਾਹ ਵਾਹ ਕਰਨਗੇ ਅਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦਾ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਅੱਜ ਗਾਜਰ ਦਾ ਗਜਰੇਲਾ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਓ ਜੇ। ਹੁਣ ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਬਾਕੀ ਇਸ ਮੇਰੇ ਚੈਨਲ 'ਤੇ ਜਾ ਕੇ ਤੁਸੀਂ ਸਾਰੀਆਂ ਜਾਣਕਾਰੀਆਂ ਵਾਲੀ ਵੀਡੀਓ ਵੇਖ ਸਕਦੇ ਹੋ ਕਿ ਆਪਾਂ ਕਿਹੜੇ ਚਾਰ ਪਾਏ ਨੇ, ਕਿਸ
ਕਿਸ ਤਰ੍ਹਾਂ ਚਾਰ ਬਣਾਏ ਨੇ, ਚਾਹੇ ਕਿਹੜੇ ਆਪਾਂ ਅਨਾਜ ਵਰਤਦੇ ਹਾਂ, ਅਤੇ ਫਿਰ ਉਹਨਾਂ ਨੂੰ ਘਰੇ ਲਿਆ ਕੇ ਕਿਵੇਂ ਵਾਸ਼ ਕਰੀਦਾ, ਬਾਕੀ ਰਸੋਈ ਦੇ ਵਿੱਚ ਆਪਾਂ ਕਿਹੜੇ ਭਾਂਡੇ ਵਰਤਦੇ, ਸਾਰੀਆਂ ਵੀਡੀਓ ਜਿਹੜੀ ਆਪਾਂ ਚੈਨਲ 'ਤੇ ਪਾਈਆਂ ਤੁਸੀਂ ਜਾ ਕੇ ਵੇਖ ਸਕਦੇ ਹੋ। ਜੋ ਵੀਡੀਓ ਚੰਗੀਆਂ ਲੱਗਣ 'ਤੇ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਓ ਜੇ। ਹੁਣ ਆਪਾਂ ਇੱਥੇ ਵੀਡੀਓ ਦਾ ਕਰਦੇ ਜੀ ਐਂਡ, ਅਤੇ ਗਰਮਾ ਗਰਮ ਗਜਰੇਲਾ ਖਾ ਕੇ ਕਰਦੇ ਇੰਜੋਏ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਤਦ ਤੱਕ ਲਈ ਬਾਏ।